ਬ੍ਰਿਟੇਨ ਸਰਕਾਰ ਵੱਲੋਂ ਹਰ ਰੋਜ਼ ਕਿਸਾਨ ਹਿਤੈਸ਼ੀ ਹੋਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਆਪਣੀ ਕਣਕ ਦੀ ਫਸਲ ਨੂੰ ਲੈ ਕੇ ਮੰਡੀਆਂ ਵਿੱਚ ਆਏ ਕਿਸਾਨ ਇੱਕ ਹਫ਼ਤੇ ਤੋਂ ਫਸਲ ਨਾ ਵਿਕਣ ਕਾਰਨ ਪਰੇਸ਼ਾਨ ਹੋ ਰਹੇ ਹਨ। ਜਦੋਂ ਕਿ ਕੈਪਟਨ ਸਰਕਾਰ ਚੋਣ ਪ੍ਰਚਾਰ ਵਿੱਚ ਰੁੱਝੀ ਹੋਈ ਹੈ, ਉੱਥੇ ਪੰਜਾਬ ਦਾ ਅੰਨਦਾਤਾ ਮੰਡੀਆਂ ਵਿੱਚ ਰੁੱਲ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਹਲਕਾ ਮਲੋਹ ਦੇ ਮੁਖੀ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਮਲੋਹ ਅਨਾਜ ਮੰਡੀ ਦਾ ਦੌਰਾ ਕਰਨ ਸਮੇਂ ਕਿਸਾਨ ਮਜ਼ਦੂਰਾਂ ਤੇ ਆੜ੍ਹਤੀਆਂ ਦੀ ਸਮੱਸਿਆ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਨਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਕੁਮਾਰ ਗਰਗ ਤੇ ਹਲਕਾ ਮਲੋਹ ਦੀ ਸੀਨੀਅਰ ਅਕਾਲੀ ਲੀਡਰਸ਼ਿਪ ਵੀ ਮੌਜੂਦ ਸਨ। ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਸਾਨਾਂ ਤੇ ਆੜ੍ਹਤੀਆਂ ਦੀ ਸਮੱਸਿਆ ਨੂੰ ਫੋਨ ਤੇ ਡਿਪਟੀ ਕਮਿਸ਼ਨਰ ਸ੍ਰੀ ਫਤਿਹਗੜ੍ਹ ਸਾਹਿਬ ਦੇ ਧਿਆਨ ਵਿੱਚ ਲਿਆਂਦਾ। ਉੱਥੇ ਰਾਜੂ ਖੰਨਾ ਉਪਰੰਤ ਫੋਨ ਕਰਕੇ SDM ਫਸਲ ਨਾ ਵਿਕਣ ਤੇ ਤੁਰੰਤ ਬਾਰਦਾਨਾ ਮੰਡੀ ਵਿੱਚ ਭੇਜਣ ਦੀ ਗੱਲ ਆਖੀ, ਤਾਂ ਜੋ ਮੰਡੀ ਵਿੱਚ ਆਏ ਕਿਸਾਨਾਂ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ। ਸਲਾਨੀ ਦੇ ਅਸੀਂ ਰਹਿਣੇ ਵਾਲੇ ਹਾਂ, ਚਲੇ ਜਾਂਦੇ ਹਾਂ, ਰੋਟੀਆਂ ਖਾ ਕੇ ਆ ਜਾਂਦੇ ਹਾਂ, ਫਿਰ ਕਹਿ ਦਿੰਦਾ ਆੜ੍ਹਤੀ ਆਇਆ ਜੀ, ਸ਼ਾਮ ਨੂੰ ਆ ਜਾਓ ਜੀ, ਤੜਕੇ ਨੂੰ ਆ ਜਾਓ ਜੀ, ਹੁਣ 5 ਵਜੇ ਦਾ ਟਾਈਮ ਹੈ, ਕਿਹੜਾ ਬਰਦਨ ਆਉਣਾ? ਲਾਗ ਲਾਗ ਸਾਰੇ ਆੜ੍ਹਤੀਆਂ ਦੇ ਭਰ ਹੁੰਦਾ ਮਾਲ ਰੋਜ਼। ਅੱਛਾ ਜੀ, ਉੱਥੇ ਉਹਦੇ ਬਰਦਾਨਾ ਨਹੀਂ ਆ ਰਿਹਾ ਜੀ। ਨੌਰ ਚੰਦ ਨਰੇਸ਼ ਕੁਮਾਰ ਦੇ ਸਾਰਾ ਮਾਲ ਪਿਆ ਆਪਣੇ ਬਾਰਦਾਨੇ ਦੀ, ਉਹ ਕਹਿੰਦਾ ਬਾਰਦਾਨਾ ਹੋਵੇ ਮੈਂ ਹੁਣ ਭਰ ਦੇਣਾ। ਮਹਿਕਮੇ ਕੋਲ ਗਏ ਸੀ, ਇਹਨੇ ਕੋਲ ਗਏ ਸੀ ਆਪਣੇ ਉਹ ਆਇਆ ਸੀ ਇਹਦਾ PA ਦਾ ਆਪਣਾ ਉਹਦਾ ਕਾਕੇ ਦਾ, ਉਹਦੇ ਕੋਲ ਲੈ ਗਿਆ ਸਾਨੂੰ ਆੜ੍ਹਤੀ ਆ। ਹਾਂਜੀ, ਉਹਨੇ SDM ਕੋਲ ਭੇਜਤਾ, SDM ਕਹਿੰਦਾ ਵੀ ਸਵੇਰੇ ਆਜੂ ਬਾਰਦਾਨਾ, ਅੱਜ ਫਿਰ ਨਹੀਂ ਆਇਆ। ਹਾਰ ਨੂੰ ਕੰਮ ਕਰਨੇ ਚਾਹੀਦੇ ਨੇ ਸਰਕਾਰ ਤੋਂ, ਹੋਰ ਕੀ ਕਰਾਉਣਾ ਜੀ, ਬਿਲਕੁਲ ਨਹੀਂ ਸਹੀ ਚੱਲਦਾ। ਇਸ ਤਾਂ ਸਰਕਾਰ ਕਿੰਨੀ ਝੱਕ ਵੀ ਰਾਜੀ ਨਹੀਂ, ਇੰਨਾ ਮਨ ਤਕਲੀਫ ਚ ਹਮਦਰਦ ਦੀ ਜਿਹੜੀ ਤੁਸੀਂ ਗੱਲ ਕਹਿੰਦੇ ਹੋ। ਅੱਛਾ ਜੀ, ਕਿਸਾਨਾਂ ਨੂੰ ਤਾਂ ਖਤਮ ਕਰਨ ਲੱਗੀ ਹੋਈ ਹੈ ਕਿ ਸਰਕਾਰ ਹੁਣ ਇਸ ਉੱਪਰ ਕੀ ਹੋਊਗਾ, ਹੁਣ ਵੋਟਾਂ ਦਾ ਟਾਈਮ ਆ, ਹੁਣ ਨਹੀਂ ਮਾਲ ਚੱਕਦੇ ਫਿਰ ਕਿਹਨੇ ਪੁੱਛਣਾ? ਜੇ ਭਾਈ ਸਾਹਿਬ ਇਹਨਾਂ ਨੂੰ ਜ਼ਰੂਰਤ ਆ ਸਾਡੇ ਤੱਕ, ਅੱਜ ਨੂੰ ਵੀ ਆਉਂਦਾ ਇੱਥੇ, ਫਿਰ ਕਾਕਾ ਨਹੀਂ ਕਦੇ ਆਇਆ, ਉਹਦਾ ਕਦੇ PA ਨਹੀਂ, ਮੈਂ ਤਾਂ ਦੇਖਿਆ ਮੰਡੀ ਸਾਨੂੰ 6 ਦਿਨ ਹੋ ਗਏ ਬੱਚਿਆਂ ਨੂੰ ਫੇਲ ਛੱਡਤਾ, ਭਾਈ ਸਾਹਿਬ ਨੌਂ ਲੈਣਾ ਵੀ ਮਾੜਾ ਜੇ ਤੂੰ ਅਸਰ ਮੰਨੇਗਾ। ਮੈਂ ਜੀ 38 ਤਰੀਕ ਨੂੰ ਸ਼ਾਮ ਨੂੰ ਆਇਆ ਸੀ 4 ਵਜੇ। ਅੱਛਾ ਜੀ, ਅੱਜ 3 ਹੋ ਗਈ, ਹੁਣ ਵੀ ਕਹਿ ਸੁਣ ਕੇ ਕਰਾਇਆ, ਪੈਸੇ ਮੁੱਕ ਗਏ ਜੀ ਕੈਪਟਨ ਸਾਹਿਬ ਕੋਲ, ਕਹਿੰਦੇ ਬਾਰਦਾਨਾ ਹੀ ਨਹੀਂ ਹੈਗਾ, ਤੁਸੀਂ ਕਹਿੰਦੇ ਜੇ ਸੌਦਾ ਲੈ ਕੇ ਆਉਣਾ ਝੋਲਾ ਘਰੋਂ ਲੈ ਕੇ ਆਇਆ ਕਰੋ, ਉਹ ਕੰਮ ਹੋ ਗਿਆ ਹੁਣ ਤਾਂ, ਇਹਨਾਂ ਕੋਲ ਹੈ ਹੀ ਨਹੀਂ ਸਮਾਨ। ਪਹਿਲਾਂ ਰੱਬ ਨੇ ਮਾਰਦੇ ਰਹਿੰਦੇ ਹੁੰਦੇ, ਜਿਹੜੀ ਮਾੜਾ ਮੋਟਾ ਵਜਨ ਦੇਣਾ ਸੀ 4 ਦਿਨ 'ਚ ਕਈ ਰਹਿ ਗਏ, ਕਮਾਲ ਕਰਕੇ ਜੀ 38 'ਤੇ ਬੈਠੇ ਹਾਂ, ਅੱਜ 3 ਹੋ ਗਈ, 3 ਹੋ ਗਈ, ਇੱਦੋਂ ਵੱਧ ਕੀ ਕਹਿ ਸਕਦੇ ਹਾਂ। ਤਾਂ ਉਰੇ ਆ ਕੇ ਜੋ ਦਾਣਾ ਮੰਡੀ ਦੀ ਦੁਰਦਸ਼ਾ ਦੇਖੀ, ਇੱਥੇ ਕਿਸਾਨ ਪਿਛਲੇ 8-8, 10-10 ਦਿਨ ਤੋਂ ਠੋਕਰਾਂ ਖਾ ਰਿਹਾ ਹੈ, ਨਾ ਤਾਂ ਉਰੇ ਜੋ ਆੜ੍ਹਤੀ ਅਤੇ ਕਿਸਾਨਾਂ ਦੇ ਮੁਤਾਬਕ ਦੱਸਿਆ ਗਿਆ ਵੀ ਨਾ ਤਾਂ ਉਰੇ ਸਰਕਾਰ ਕੋਲ ਬਾਰਦਾਨਾ ਹੈ ਜਿਹਦੇ 'ਚ ਜਿਹੜੀ ਕਿਸਾਨ ਦੀ ਫਸਲ ਲਿਆ ਕੇ ਭਰ ਕੇ ਰੱਖੀ ਜਾਵੇ, ਔਰ ਨਾ ਹੀ ਮਾਰਕਫੈਡ ਵੱਲੋਂ ਬੋਲੀ ਹੋ ਰਹੀ ਹੈ ਕਿਸਾਨ ਦੀ ਫਸਲ ਖਰੀਦੀ ਜਾ ਰਹੀ ਹੈ। ਉਹਨਾਂ ਨੇ ਫਸਲ ਖਰੀਦਣੀ ਬੰਦ ਕਰਤੀ, ਨਾ ਉਹਨਾਂ ਕੋਲੋਂ ਪੁੱਛਿਆ ਮਾਰਕਫੈਡ ਦੇ ਇੰਸਪੈਕਟਰ ਕੋਲੋਂ, ਕਹਿੰਦੇ ਸਾਡੇ ਕੋਲ ਬਾਰਦਾਨਾ ਨਹੀਂ ਹੈ ਜੀ, 1,90,00,000 ਬੋਰੀਆਂ ਪੰਜਾਬ 'ਚ ਬਾਰਦਾਨੇ ਦੀਆਂ ਘੱਟ ਨੇ, ਇੰਨੀਆਂ ਬੋਰੀਆਂ ਪੰਜਾਬ ਸਰਕਾਰ ਕੋਲ ਹੈ ਨਹੀਂ, ਜਿਹੜਾ ਇਸ ਕਰਕੇ ਪੂਰੇ ਪੰਜਾਬ ਦੇ ਵਿੱਚ ਕਿਸਾਨ ਦਰ ਦਰ ਦੀ ਠੋਕਰ ਖਾ ਰਿਹਾ ਔਰ ਪਿਛਲੇ 10 ਦਿਨ ਤੋਂ ਮੰਡੀ 'ਚ ਰੁਲ ਰਿਹਾ ਹੈ, ਔਰ ਜਿਹੜੀ ਰਾਤ ਨੂੰ ਉਹਨਾਂ ਦੇ ਪੈਣ ਦੀ ਕੋਈ ਵਿਵਸਥਾ ਨਹੀਂ ਹੈ, ਕਿਸਾਨਾਂ ਢੇਰੀਆਂ ਦੇ ਕੋਲ ਪੈਂਦਾ, ਐਡਾ ਐਡਾ ਮੱਛਰ ਬਿਮਾਰ ਹੋ ਰਿਹਾ, ਉਹਨਾਂ ਨੂੰ ਡੇਂਗੂ ਹੋ ਰਿਹਾ ਔਰ ਉਸ ਤੋਂ ਬਾਅਦ ਉਹ ਬਿਮਾਰ ਹੋ ਕੇ ਹਸਪਤਾਲਾਂ 'ਚ ਰੁਲ ਰਿਹਾ। ਮੈਂ ਜੇ ਤਾਂ ਵੀ ਪੰਜਾਬ ਸਰਕਾਰ ਬੁਰੀ ਤਰ੍ਹਾਂ ਪੰਜਾਬ 'ਚ ਕਿਸਾਨ ਦੀ ਫਸਲ ਖਰੀਦਣ ਦੇ ਵਿੱਚ ਫੇਲ ਹੋ ਚੁੱਕੀ ਹੈ। ਪਹਿਲਾਂ ਕੀ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ, ਪਹਿਲਾਂ ਕੁਦਰਤੀ ਮਾਰਕੀਟ ਆ ਗਈ, ਮੀਂਹ ਬਰਸਾਤ ਹੇਠਾਂ ਆ ਗਈ, ਹੁਣ ਇੱਥੇ ਮੰਡੀਆਂ ਦੇ ਵਿੱਚ ਸੋਨੇ ਵਰਗੀ ਫਸਲ ਰੁਲਦੀ ਫਿਰਦੀ ਹੈ, ਉਰੇ ਬਾਰਦਾਨੇ ਦੀ ਕਮੀ ਆ। ਸਾਨੂੰ ਇੰਸਪੈਕਟਰ ਦੱਸ ਰਹੇ ਕਿ 38,000 ਗੱਠਾਂ ਪੰਜਾਬ 'ਚ ਲੋੜ ਆ, ਮਤਲਬ 2 ਕਰੋੜ ਬੋਰੀ ਬਾਰਦਾਨੇ ਦੀ ਬੋਰੀ ਦੀ ਸ਼ੋਰਟੇਜ ਆ ਪੰਜਾਬ ਦੇ ਵਿੱਚ। 8-8 ਦਿਨ ਤੋਂ 10-10 ਦਿਨ ਤੋਂ ਜ਼ਿਮੀਂਦਾਰ ਆਪਣੀ ਫਸਲ ਲਈ ਬੈਠੇ ਨੇ ਅਤੇ ਵਿਚਾਰੇ ਬੁਰਾ ਹਾਲ ਆ, ਜਿੱਥੇ ਕਿਸਾਨ ਖੁਦਕੁਸ਼ੀਆਂ ਕਰ ਰਿਹਾ। ਅਤੇ ਆਹ ਜਿਹੜਾ ਸਰਕਾਰ ਦਾ ਜਿਹੜੀ ਬੇਭਰੋਸਗੀ ਸਰਕਾਰ ਦੇ ਨਾਲ ਹੈ ਕਿ ਸਰਕਾਰ ਦੀ ਲਾਪਰਵਾਹੀ ਕਹਿ ਸਕਦੇ ਹਾਂ, ਇਹਦੇ ਨਾਲ ਮੈਂ ਸਮਝਦਾ ਆਉਣ ਦਿਨਾਂ ਦੇ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਵਧਣੀਆਂ ਨੇ, ਲੋਕ ਪੈਸੇ ਤੋਂ ਮਤਾਜ ਹੋਏ ਹੋਏ ਨੇ, ਦੇਣਦਾਰੀਆਂ ਨੇ, ਸਾਰਾ ਕੁਛ ਆ। ਸੋ ਇਸ ਕਰਕੇ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਆ, ਆਪਣੇ ਵਾਅਦੇ ਤੋਂ ਭੱਜ ਚੁੱਕੀ ਆ। ਅਤੇ ਜਿੱਥੇ ਦੇਖੋ ਕਿਸਾਨਾਂ ਨੂੰ ਜਿੱਥੇ ਇੱਕ ਪਾਸੇ ਬਚਾਉਣ ਦੀ ਗੱਲ ਕਰ ਰਹੇ ਨੇ, ਦੂਜੇ ਪਾਸੇ ਮੰਡੀ ਲਿਫਟਿੰਗ ਨਹੀਂ ਹੋ ਰਹੀ, ਆ ਵੱਡੇ ਵੱਡੇ ਅੰਬਾਰ ਲੱਗੇ ਪਏ ਨੇ, ਐਂ ਲੱਗਦਾ ਜਿਵੇਂ ਕਿਤੇ ਵੱਡੇ ਗਰਾਊਂਡ 'ਚ ਬੈਠੇ ਖੜੇ ਹੁੰਦੇ ਹਾਂ ਆਪਾਂ। ਫਸਲਾਂ 10-10 ਦਿਨ ਤੋਂ ਵਿਕਣ ਰਹੀ ਆ, ਕਿਸਾਨ ਰਾਤ ਨੂੰ ਸੌਂਦਾ ਉਰੇ ਆ ਕੇ, ਨਾ ਕੋਈ ਰਹਿਣ ਦਾ ਪ੍ਰਬੰਧ ਆ, ਨਾ ਕੋਈ ਮੱਛਰਾਂ ਦਾ ਡੇਂਗੂ ਦਾ ਜਿਹੜਾ ਉਰੇ ਹੋ ਰਿਹਾ ਦਿਨ ਪਰ ਦਿਨ।
ਸੋ ਇਸ ਕਰਕੇ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਕਿਸਾਨਾਂ ਦੀ ਮੁਸ਼ਕਲ ਨੂੰ ਸਮਝਦੇ ਹੋਏ ਜਲਦੀ ਤੋਂ ਜਲਦੀ ਲਿਫਟਿੰਗ ਕਰਾਈ ਜਾਵੇ ਅਤੇ ਇਹ ਜਿਹੜੀ ਫਸਲ ਦੀ ਅਦਾਇਗੀ ਜਲਦੀ ਕੀਤੀ ਜਾ ਸਕੇ ਅਤੇ ਜੇ ਪੰਜਾਬ ਸਰਕਾਰ ਨੇ ਇਸ ਪ੍ਰਤੀ ਆਪਣੇ ਰੁੱਖ ਠੀਕ ਨਾ ਕੀਤਾ, ਰੁੱਖ ਕਿਸਾਨ ਪ੍ਰਤੀ ਨਾ ਕੀਤਾ ਤਾਂ ਬਹੁਤ ਜਲਦੀ ਸ਼੍ਰੋਮਣੀ ਅਕਾਲੀ ਦਲ ਧਰਨਾ ਦੇਊਗਾ ਇੱਥੇ, ਜਿਹਦੇ ਵਿੱਚ ਸਰ ਸੁਖਬੀਰ ਸਿੰਘ ਬਾਦਲ ਵੀ ਆਉਣਗੇ, ਵੱਡੇ ਆਗੂ ਸਾਹਿਬਾਨ ਵੀ ਆਉਣਗੇ ਅਤੇ ਕਾਂਗਰਸ ਨੂੰ ਘੇਰਾਂਗੇ ਤਾਂ ਕਿ ਜਿਹੜੀ ਕਿਸਾਨ ਮਾਰੂ ਸਰਕਾਰ ਆ ਇਹਨੂੰ ਭੱਜਣ ਨਹੀਂ ਦੇਵਾਂਗੇ ਅਤੇ ਸਾਡੀ ਹਮਦਰਦੀ ਕਿਸਾਨਾਂ ਦੇ ਨਾਲ, ਅਸੀਂ ਡਟ ਕੇ ਕਿਸਾਨਾਂ ਦੇ ਨਾਲ ਖੜ੍ਹੇ ਹਾਂ ਅਤੇ ਨਾਲ ਖੜ੍ਹਦੇ ਰਹਾਂਗੇ ਜਦ ਤੱਕ ਇਕੱਲੀ ਇੱਕ ਇੱਕ ਦਾਣਾ ਵਿਕਦਾ ਨਹੀਂ, ਇੱਕ ਇੱਕ ਦਾਣਾ ਮੰਡੀ 'ਚੋਂ ਬਾਹਰ ਨਹੀਂ ਆਉਂਦਾ ਤਦ ਤੱਕ ਅਸੀਂ ਪਹਿਰਾ ਦਿੰਦੇ ਰਹਾਂਗੇ।